ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਖਤਮ ਹੋਈ ਹੈ ਭਾਜਪਾ ਦੇ ਸਟੇਟ ਪ੍ਰਧਾਨ ਸੁਨੀਲ ਜਾਖੜਵਰਾ ਨਾਲ ਗੱਲਬਾਤ ਕਰ ਲਏ ਨੇ ਜਾਖੜ ਸਾਹਿਬ ਕੋਰ ਕਮੇਟੀ ਚ ਕੀ ਕੀ ਚਰਚਾ ਹੋਈ ਕੀ ਕੁਝ ਫੈਸਲੇ ਫੈਸਲੇ ਨਹੀਂ ਸਾਹਿਬ ਡਿਸਕਸ਼ਨਸ ਸੀਗੀਆਂ ਸਾਰਿਆਂ ਦੀ ਰਾਏ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਜਿਸ ਤਰ੍ਹਾਂ ਕਿਸਾਨ ਆਪਣੇ ਰਾਜਨੀਤਿਕ ਕਈ ਲੀਡਰਾਂ ਦੇ ਰਾਜਨੀਤਿਕ ਮੰਤਵ ਵਾਸਤੇ ਮਰਵਾਏ ਜਾ ਰਹੇ ਆ ਕਿਸਾਨਾਂ ਨੂੰ ਉੱਥੇ ਬਾਰਡਰ ਤੇ ਟੰਗ ਰੱਖਿਆ ਹੈ ਇਨੇ ਕਿਸਾਨਾਂ ਦੀ ਜਾਨ ਚਲੀ ਗਈ ਇੱਕ ਦੇ ਸ਼ੂਭ ਕਰਨ ਦੀ ਮੌਤ ਹੋਈ ਹੈ ਤੇ ਬਾਕੀ ਜਿਹੜੇ ਇਸ਼ੂ ਅੱਜ ਪੰਜਾਬ ਦੇ ਸਾਹਮਣੇ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੀ ਜਿਹੜੀ ਵਿੱਤੀ ਹਾਲਾਤ ਹੈ ਜਿਹੜਾ ਕਰਜ਼ਾ ਰੋ ਚੜਾਈ ਜਾਂਦੇ ਹੈ ਭਗਵੰਤ ਮਾਨ ਜੀ ਤੇ ਜਿਸ ਤਰ੍ਹਾਂ ਨਸ਼ੇ ਦਾ ਪ੍ਰਕੋਪ ਜਿਹੜਾ ਹੈ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਦੇ ਜਿਹੜੇ ਵਾਤਾਵਰਣ ਦੇ ਅੰਦਰ ਤੇ ਆ ਜਿਹੜਾ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਦੇ ਅੰਦਰ ਕਿਸ ਤਰ੍ਹਾਂ ਪਾਰਟੀ ਨੂੰ ਸਰਕਾਰ ਨੂੰ ਘੇਰਨ ਦਾ ਕੀ ਸਟਰੈਟਜੀ ਹੋਣੀ ਚਾਹੀਦੀ ਹੈ ਆਉਣ ਵਾਲੇ ਇਲੈਕਸ਼ਨ ਕਿਉਂਕਿ ਸਾਹਮਣੇ ਹੋਰ ਹੁਣ ਤਾਂ 100 ਦਿਨ ਵੀ ਨਹੀਂ ਰਹਿ ਗਏ ਮੈਂ ਦੇ ਪਿਛਲੀ ਵਾਰੀ ਮਈ 'ਚ ਆਪਣੇ ਵੋਟਾਂ ਪਈਆਂ ਪੰਜਾਬ 'ਚ ਤੇ ਉਸੇ ਨੂੰ ਟਾਈਮ ਲਾਈਨ ਨੂੰ ਸਾਹਮਣੇ ਰੱਖ ਕੇ ਵੀ ਜੋ ਕਿਸ ਤਰ੍ਹਾਂ ਦੀ ਬੰਦਤਰ ਪਾਰਟੀ ਦੀ ਸਟਰੈਟਜੀ ਉਸ ਮਸਲੇ ਨੂੰ ਲੈ ਕੇ ਹੋਵੇ ਉਹਨਾਂ ਸਾਰੀਆਂ ਗੱਲਾਂ ਤੇ ਸਾਰਾਂ ਤੋਂ رائے ਹੋਈ ਤੁਸੀਂ ਕਿਹਾ ਕਿ ਕਿਸਾਨ ਜਿਹੜੇ ਧਰਨੇ ਤੇ ਬੈਠੇ ਕੁਝ ਲੋਕ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਇਹ ਰਾਜਨੀਤਿਕ ਲੋਕ ਕਿਸਾਨ ਲੀਡਰ ਨੇ ਇਹ ਰਾਜਨੀਤਿਕ ਲੋਕ ਕਿਹੜੇ ਨੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਇਹ ਫਾਇਦਾ ਲੈਣਾ ਚਾਹੁੰਦੇ ਦੇਖੋ ਜਿਹੜੇ ਲੋਕ ਆਪਣੇ ਆਪ ਨੂੰ ਲੀਡਰ ਕਲੇਮ ਕਰਦੇ ਹੋ ਰਾਜਨੀਤਿਕ ਖਿੱਤੇ 'ਚ ਵੀ ਹੈ ਹੁਣ ਤਾਂ ਪਾਰਟੀਆਂ ਜਿਹੜੀ ਕਿਸਾਨੀ ਦਾ ਗੱਲ ਕਰਦੇ ਉਹ ਵੀ ਕੋਈ ਪੋਲਿਟੀਕਲ ਹੈ ਤੇ ਕੋਈ ਨਾਨ ਪੋਲਿਟੀਕਲ ਹੈ ਸਭ ਪੋਲਿਟਿਕਸ ਤਾਂ ਸਾਡੇ ਮੈਂ ਸਮਝਦਾ ਉਹ ਇੱਕ ਹਿੱਸਾ ਹੈ ਹਿੰਦੁਸਤਾਨ ਦੇ ਅੰਦਰ ਤਿੰਨ ਚੀਜ਼ਾਂ ਬਹੁਤ ਹਰੇਕ ਦੇ ਚਾਹੇ ਹਰੇਕ ਬੰਦਾ ਕਿਸੇ ਨਾ ਕਿਸੇ ক্রিকেট ਹੋ ਗਿਆ ਇੱਕ ਫਿਲਮ ਹੋ ਗਈ ਤੇ ਇੱਕ ਜਿਹੜਾ ਸਾਡਾ ਪੋਲਿਟਿਕਸ ਹੈ ਹਰੇਕ ਬੰਦੇ ਦਾ ਕਿਤੇ ਨਾ ਕਿਤੇ ਉਸੇ ਲਗਾਅ ਸੁ रुझान ਹੈ ਪਰ ਸ਼ਿਕਾਰ ਕੌਣ ਹੋ ਰਿਹਾ ਹੈ ਸ਼ਿਕਾਰ ਕਿਸਾਨ ਹੋ ਰਿਹਾ ਹੈ ਬੱਚੇ ਕਿਹਦੇ ਮਰਦੇ ਆ ਕਿਸਾਨ ਦੇ ਮਰਦੇ ਆ ਫਾਇ ਕੌਣ ਟੰਗਿਆ ਬੈਠਾ ਕਿਸਾਨ ਟੰਗਿਆ ਬੈਠਾ ਹੱਲ ਕੀ ਹੋ ਰਿਹਾ ਹੈ ਉਹ ਤੁਹਾਡੇ ਸਾਹਮਣੇ ਆ ਵੀ ਹਲਾ ਹਲਾ ਲਾ ਕਰਕੇ ਅੱਜ ਗਵਰਨਰ ਸਾਹਿਬ ਦਾ ਭਾਸ਼ਣ ਨਹੀਂ ਕਰਨ ਦਿੱਤਾ ਕਾਂਗਰਸ ਵਿਰੋਧ ਕਰ ਰਹੀ ਸੀ ਕਾਂਗਰਸ ਨਾਰੇਬਾਜ਼ੀ ਕਰ ਰਹੀ ਸੀ ਉਹ ਕਹਿ ਰਹੇ ਸੀ ਕਿ ਕਾਂਗਰਸ ਦੇ ਵਿਧਾਇਕ ਕੀ ਹਰਿਆਣਾ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਐਫਆਈਆਰ ਰਜਿਸਟਰ ਹੋਵੇ ਸਮਝੋ ਤੁਸੀਂ ਕਾਂਗਰਸ ਸਿਰਫ ਇੱਕ ਆਪਣੀ ਕਮਜ਼ੋਰੀਆਂ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਗਰ ਗਵਰਨਰ ਸਾਹਿਬ ਦਾ ਭਾਸ਼ਣ ਸਹੀ ਤਰੀਕੇ ਨਾਲ ਹੋ ਜਾਂਦਾ ਉਹਦੇ ਤੇ ਡਿਸਕਸ਼ਨ ਵੀ ਕਰਨੀ ਪਊਗੀ 4 ਤਰੀਕ ਨੂੰ ਡਿਸਕਸ਼ਨ ਕਰਨਗੇ ਤਾਂ ਚੋਰ ਤੇ ਚੌਕੀਦਾਰ ਤਾਂ ਰਲੇ ਹੋਏ ਸਭ ਕਾਂਗਰਸ ਕਿਹੜੇ ਮੂੰਹ ਨਾਲ ਭਗਵੰਦ ਮਾਨ ਜੀ ਦੇ ਖਿਲਾਫ ਬੋਲੂਗੀ ਉਹਨਾਂ ਨੇ ਆਪਣੀ ਉਹਦੇ ਤੇ ਕਮਜ਼ੋਰੀ ਤੇ ਪਰਦਾ ਪਾ ਲਿਆ ਵੀ ਆਹ ਦੇਖੋ ਜੀ ਗਵਰਨਰ ਨੂੰ ਨਹੀਂ ਬੋਲ ਦਿੱਤਾ ਆਹੀ ਕੰਮ 4 ਤਰੀਕ ਨੂੰ ਕਰਨਗੇ ਦੇਖੋ ਕੁਝ ਲੋਕਾਂ ਨੇ ਕਿਉਂਕਿ ਕੇਂਦਰ ਤੋਂ ਹਾਈ ਕਮਾਂਡ ਕਾਂਗਰਸ ਨੇ ਕਹਿ ਰੱਖਿਆ ਵੀ ਇਹਨਾਂ ਦੇ ਨਾ ਕਾਰਵਾਈ ਕਰੋ ਕੁਝ ਲੋਕਾਂ ਦੇ ਪਰਚੇ ਖੋਲਣ ਨੂੰ ਤਿਆਰ ਬੈਠੇ ਭਗਵੰਤ ਮਾਨ ਜੀ ਬੋਲਿਆ ਤੇ ਮੈਂ ਜੈਪੁਰ ਜਾਵੜੂਗਾ ਸਾਰੀ ਫਾਈਲਾਂ ਚੱਕ ਕੇ ਲਿਆ ਕੇ ਅੰਦਰ ਠੋਕ ਦੂੰਗਾ ਕੋਈ ਬੋਲਦੇ ਨਹੀਂ ਇਸ ਕਰਕੇ ਉਹ ਲਾ 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 ਕਰਕੇ ਉਹਨਾਂ ਨੇ ਗਵਰਨਰ ਸਾਹਿਬ ਦੇ ਉਸ ਉਧਰ ਗਵਰਨਰ ਸਾਹਿਬ ਮੈਂ ਜਿੰਨਾ ਮੇਰਾ ਰਾਜਨੀਤਿਕ ਕੈਰੀਅਰ ਹੈ ਮੈਂ ਕਿਤੇ ਗਵਰਨਰ ਸਾਹਿਬ ਨੂੰ ਇਸ ਤਰ੍ਹਾਂ ਕਰਕੇ ਗਵਰਨਰ ਸਾਹਿਬ ਨੇ ਖੁਦ ਇੰਟਰਵਿਊਨ ਕਰਕੇ ਕਿਹਾ ਲੀਡਰ ਆਫ অপੋਜੀਸ਼ਨ ਨੂੰ ਵੀ ਆ ਕੋਈ ਤਰੀਕਾ ਹੈ ਨਹੀਂ ਬੈਠ ਜਾਓ ਉਹਨਾਂ ਨੇ ਇਹ ਵਰਡਸ ਇਸਤੇਮਾਲ ਕੀਤੇ ਸੀ ਦਿਸ ਇਜ਼ ਅ ਹਾਊਸ ਫॉर ਡਿਬੇਟ ਨਾਟ ਫॉर ਡਿਮੋਨਸਟ੍ਰੇਸ਼ਨ ਤੇ ਡਿਬੇਟ ਕਰਨ ਤਾਂ ਬੋਲ ਖੁੱਲ ਜੂਗੀ ਆ ਚੰਡੀਗੜ੍ਹ ਸਾਹਿਬ ਚੰਡੀਗੜ੍ਹ ਦੇ ਅੰਦਰ ਅਸੈਂਬਲੀ ਹਾਲ ਹੈ ਜਿਹੜੇ ਭਗਵੰਤ ਮਾਨ ਜੀ ਕਹਿੰਦੇ ਸੀ ਮੈਂ ਵੀ ਇੱਕ ਅਸੈਂਬਲੀ ਹਾਲ ਅੱਡ ਬਣਾਣਾ ਉਹ ਪਤਾ ਨਹੀਂ ਕਿਹੜੇ ਲੋਰ ਚੇ ਕਹਿ ਗਏ ਉਦੋਂ ਕੀ ਖਾਦਾ ਪੀਤਾ ਸੀ ਭਗਵੰਤ ਮਾਨ ਜੀ ਨੇ ਉਸੇ ਅਸੈਂਬਲੀ ਹਾਲ ਚੇ ਤਾਂ ਇੱਕ ਦੂਜੇ ਦੇ ਡਰਾਮਾ ਕਰੀ ਜਾਂਦੇ ਵੇਸੀ ਇਹਨਾਂ ਦੇ ਖਿਲਾਫ ਆ ਉੱਥੇ ਚੰਡੀਗੜ੍ਹ ਦਾ ਮੇਅਰ ਦੇ ਇਲੈਕਸ਼ਨ ਇਕੱਠੇ ਲੜੀ ਜਾਂਦੇ ਆ ਕਿਹੜੇ ਮੂੰਹ ਨਾਲ ਭਗਵੰਤ ਮਾਨ ਦੇ ਖਿਲਾਫ ਬੋਲ ਦੋਨਾਂ ਦੀ ਮਿਲੀ ਭਗਤ ਹੈ ਕਾਂਗਰਸ ਪਾਰਟੀ ਨੇ ਆਪਣੀਆਂ ਕਮਜ਼ੋਰੀਆਂ ਦੇ ਉੱਤੇ ਅੱਜ ਵਾਕ ਆਊਟ ਕਰਕੇ ਪਰਦਾ ਪਾ ਲਿਆ ਭਗਵੰਤ ਮਾਨ ਜੀ ਨੇ ਕੱਲ ਸੁਖਵੀਰ ਬਾਦਲ ਦੇ ਖਿਲਾਫ ਬੋਲ ਕੇ ਮੈਂ ਤੁਸੀਂ ਤੁਹਾਡੇ ਚੈਨਲ ਦੇ ਉੱਤੇ ਪੁਰਾਣੇ ਰਿਕਾਰਡ ਕਢਾ ਕੇ ਤੁਹਾਨੂੰ ਦੇ ਦੇਣਾ 6 ਵਾਰੀ ਭਗਵੰਤ ਮਾਨ ਜੀ ਕਹਿ ਚੁੱਕੇ ਐ ਸੁਖ ਵਿਲਾਸ ਤੇ ਮੈਂ ਢਾ ਦੂੰਗਾ ਮੈਂ ਪਰਚਾ ਕਰ ਦੂੰਗਾ ਉਹ ਸੁਖ ਵਿਲਾਸ ਖੜਾ ਹੈ ਉਹ ਸੁਖਵੀਰ ਬਾਦਲ ਜੀ ਖੜੇ ਹੈ ਨਾ ਤਾਂ ਕੋਈ ਪਰਚਾ ਹੋਇਆ ਨਾ ਕੋਈ ਬੁਲਡੋਜ਼ਰ ਚੱਲਿਆ ਨਾ ਹੀ ਕੋਈ ਨੋਟਿਸ ਕੱਢਿਆ ਕਿਉਂਕਿ ਜਵਾਬ ਦੇਣਾ ਪੈਣਾ ਸੀ ਵੀ ਤੁਸੀਂ ਕੀ ਖੇਡ-ਖੇਡ ਜੰਦੇ ਹੋ ਕਿਸਾਨਾਂ ਦੇ ਨਾਲ ਉਸ ਕਰਕੇ ਭੌਂਦਮਾਨ ਜੀ ਨੇ ਸੁਬੀਰ ਬਾਦਲਾ ਸੁਖ ਵਿਲਾਸ ਕੱਢ ਲੈ ਕੱਢਣਾ ਸੀਗਾ ਤਾਂ ਇਹ ਜਿਹੜਾ ਜੈਪੁਰ ਦਾ ਕਹਿੰਦੇ ਸੀ ਮੈਂ ਪਰਚਾ ਕਰਕੇ ਅੰਦਰ ਕਰੂੰਗਾ ਕਾਂਗਰਸੀਆਂ ਨੇ ਨਵੀਂ ਰੀਤ ਪਾਲਤੀ ਨਵੇਂ ਤਰੀਕੇ ਕੱਢਦੇ ਕਰਪਸ਼ਨ ਦੀ ਉਹ ਕਾਂਗਰਸੀ ਤੁਰੇ ਫਿਰਦੇ ਅੱਜ ਕਿਉਂ ਸ਼ੱਕਰ ਹੋਗੇ ਪੰਜਾਬ ਦੇ ਲੋਕ ਬੇਵਕੂਫ ਬਣਾ ਰਹੇ ਆ ਲੋਕ ਮਿਲ ਕੇ ਦੋਨੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਲੋਕ ਦੇਖ ਰਹੇ ਆ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਆ ਸਾਰੀਆਂ ਗੱਲਾਂ ਅੱਜ ਇੱਥੇ ਡਿਸਕਸ਼ਨ ਹੋਈਆਂ ਕਿਉਂਕਿ ਤੁਸੀਂ ਕਿਹਾ ਕਿ 100 ਦਿਨ ਤੋਂ ਘੱਟ ਸਮਾਂ ਰਹਿ ਗਿਆ ਹੁਣ ਕੋਡ ਆਫ ਕੰਡਕਟ ਲੱਗ ਜਾਣਾ ਅਗਲੇ 10-12 ਦਿਨਾਂ ਦੇ ਅੰਦਰ-ਅੰਦਰ ਸ਼ਾਰਟਲਿਸਟ ਕਿਤੇ 13 ਕੈਂਡੀਡੇਟ ਕੀ ਇੱਥੇ ਕਿਹੜੇ ਕੈਂਡੀਡੇਟ ਹੋਣਗੇ 2 3 5 ਸਰਵੇ ਕਰਵਾਏ ਨੇ ਕਿਉਂਕਿ ਅੱਗੋਂ ਹਾਈ ਕਮਾਂਡ ਨੂੰ ਵੀ ਉਹ ਲਿਸਟ ਭੇਜਣੀ ਹੈ ਹਾਈ ਕਮਾਂਡ ਉਸ ਤੋਂ ਬਾਅਦ ਫੈਸਲਾ ਲਵੇਗੀ ਅੱਜ ਦੀ ਡਿਸਕਸ਼ਨ 'ਚ ਕੋਈ ਕਿਸੇ ਕਿਸਮ ਦੀ ਲੀਡਰਸ਼ਿਪ ਨੂੰ ਲੈ ਕੇ ਉਹਦੇ ਵਾਸਤੇ ਇੱਕ ਇਲੈਕਸ਼ਨ ਕਮੇਟੀ ਅੱਡ ਬਣੀ ਹੈ ਸਟੇਟ ਇਲੈਕਸ਼ਨ ਕਮੇਟੀ ਬਣੀ ਹੈ ਉਹਦੀ ਅੱਡ ਮੀਟਿੰਗ ਹੋਊਗੀ ਉਹਦੇ ਵਿੱਚ ਕਿਸ ਤਰ੍ਹਾਂ ਨਾਮ ਸ਼ਾਰਟਲਿਸਟ ਕਰਨੇ ਹੈ ਕਿ ਅਪਲਾਈ ਕਰਵਾਉਣਾ ਹੈ ਜਾਂ ਪਰਸਨਲ ਕੰਟੈਕਟ ਕਰਕੇ ਕਰਨਾ ਹੈ ਉਹ ਮੀਟਿੰਗ ਨਹੀਂ ਸੀ ਅੱਜ ਤਾਂ ਪੰਜਾਬ ਦੇ ਹਾਲਾਤ ਨੂੰ ਮੁੱਖ ਰੱਖ ਕੇ ਆ ਹੋਇਆ ਹੈ ਇਲੈਕਸ਼ਨ ਨੂੰ ਲੈ ਕੇ ਇੱਕ ਇਲੈਕਸ਼ਨ ਮੈਨੇਜਮੈਂਟ ਕਮੇਟੀਆਂ ਹੈ ਸਾਡੀਆਂ ਇੱਕ ਜਿਹੜੀ ਹੈ ਸਟੇਟ ਇਲੈਕਸ਼ਨ ਕਮੇਟੀ ਹੈ ਜਿਹੜੀ ਇੱਥੋਂ ਨਾਮ ਰეკਮੈਂਡ ਕਰਕੇ ਪਾਰਲੀਮੈਂਟਰੀ ਬੋਰਡ ਕੋਲ ਭੇਜੂਗੀ ਉਹਦੀ ਅੱਜ ਮੀਟਿੰਗ ਨਹੀਂ ਹੋਈ ਅੱਜ ਤੁਸੀਂ ਪੰਜਾਬ ਦੇ ਹ ਹੁੰਦੀ ਹੈ ਕਿ ਅਕਾਲੀ ਦਲ ਨਾਲ ਦੁਬਾਰਾ ਬੀਜੇਪੀ ਦਾ ਅਲਾਈਅንስ ਹੋ ਸਕਦਾ ਹੈ ਥੋੜੀ ਜੀ ਕਲੈਰਿਟੀ ਜਿਹੜੇ ਤੁਹਾਡੇ ਵਰਕਰ ਨੇ ਜਿਹੜੇ ਪੰਜਾਬ ਦੇ ਲੋਕ ਨੇ ਕੀ ਅਲਾਈਅንስ ਹੋਏਗਾ ਜਾਂ ਨਹੀਂ ਹੋਏਗਾ ਜਾਂ ਇਹ ਸਿਰਫ ਹਵਾ-ਹਵਾਈ ਗੱਲਾਂ ਨੇ ਜਾਂ ਫਿਰ ਕਿਤੇ ਪਿੱਛੇ ਦੇ ਪਰਦੇ ਦੇ ਪਿੱਛੇ ਕੋਈ ਗੱਲ ਚੱਲ ਰਹੀ ਹੈ ਦੇਖੋ ਪਰਦੇ ਦੇ ਪਿੱਛੇ ਦੀ ਗੱਲ ਤਾਂ ਮੈਨੂੰ ਪਤਾ ਨਹੀਂ ਪੰਗਤ ਜੀ ਮੈਂ ਜਿਹੜੀ ਸਾਹਮਣੇ ਗੱਲ ਹੈ ਮੇਰਾ ਮੰਨ ਹੈ ਵੀ ਕੋਈ ਵੀ ਅਲਾਈਅੰਸ ਜਾਂ ਸਮਝੌਤਾ ਦੋ ਪਾਰਟੀਆਂ ਦੇ ਵਿੱਚ ਹੁੰਦਾ ਹੈ ਤੇ ਕੱਲੇ ਹੱਤ ਤੱਤਲੀ ਵੱਜਦੀ ਨਹੀਂ ਮੇਰੀ ਕੋਈ ਮੀਟਿੰਗ ਅੱਜ ਤੱਕ ਕਿਸੇ ਇਸ ਮਸਲੇ 'ਚ ਨਹੀਂ ਹੋਈ ਨਾ ਹੀ ਤੇ ਕੇਂਦਰ ਨੇ ਕੋਈ ਸਾਡੇ ਤੋਂ رائے ਮੰਗੀ ਆ ਜਿਹੜੀ ਗੱਲ ਹੈ ਨਾ ਕੋਈ ਅੱਜ ਤੋਂ ਨਹੀਂ ਚੱਲ ਰਹੀ ਆ ਜਿਸ ਦਿਨ ਦਾ ਤੋੜ ਵੀ ਛੋੜ ਹੋਇਆ ਕਹਾਂਗੇ ਆਪਣੇ ਬੀਜੇਪੀ ਦਾ ਤੇ ਅਕਾਲੀ ਦਲ ਦਾ ਉਸੇ ਦਿਨ ਤੋਂ ਹੈ ਵੀ ਲੋਕਾਂ ਦੀ ਇੱਕ ਭਾਵਨਾ ਹੈ ਵੀ ਇਕੱਠੇ ਹੋ ਕੇ ਲੜਨ ਤਾਂ ਜਿਹੜੀ ਪੰਜਾਬ ਦੇ ਨਾਲ ਠੱਗੀ ਹੋ ਰਹੀ ਹੈ ਇਹਦੇ ਤੇ ਠੱਲ ਲਾਈ ਜਾ ਸਕਦੀ ਹੈ ਲੋਕਾਂ ਦੀ ਭਾਵਨਾ ਹੈ ਇਹਦੇ ਵਿੱਚ ਉਨ੍ਹਾਂ ਕੀ ਅੜਚਨਾ ਹੈ ਕੀ ਹੈ ਉਹ ਤਾਂ ਜਿੱਥੇ ਕੋਈ ਅਗਰ ਗੱਲਬਾਤ ਹੈ ਉਹਨਾਂ ਨੂੰ ਪਤਾ ਲੱਗੇ ਪਰ ਮੇਰੇ ਲੈਵਲ ਤੇ ਇਸ ਕਿਸਮ ਦੀ ਜੇ ਕੋਈ ਨਾਂ ਤਾਂ ਮੇਰੀ ਜਾਣਕਾਰੀ ਦੇ ਅੰਦਰ ਹੈ ਤੇ ਨਾ ਹੀ ਮੇਰੇ ਨੂੰ ਕਿਸੇ ਇਸ ਕਿਸਮ ਦੇ ਲੋਕਾਂ ਦੀ ਭਾਵਨਾ ਦਾ ਜ਼ਿਕਰ ਕੀਤਾ ਪ੍ਰਧਾਨ ਹੋਣ ਦੇ ਨਾਤੇ ਤੁਹਾਡੀ ਕੀ ਭਾਵਨਾ ਹੈ ਮੇਰੀ ਭਾਵਨਾ ਜਦੋਂ ਉਤਲੇ ਪੁੱਛਣਗੇ ਮੈਂ ਦੱਸ ਦੂੰਗਾ ਸਭ ਆਹ ਜਿਹੜੀ ਭਾਵਨਾ ਹੈ ਤੇ ਟੀਵੀ ਦੇ ਉੱਤੇ ਤੇ ਡਿਸਕਸ਼ਨ ਕਰਨ ਵਾਲੀ ਹੈ ਨਹੀਂ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਉੱਥੇ ਪ੍ਰੋਜ਼ ਐਂਡ ਕਾਨ ਦੇਖੋ ਨਾਥਿੰਗ ਬਲੈਕ ਐਂਡ ਵਾਈਟ ਉਹਦੇ ਬਹੁਤ ਸਾਰੇ ਐਸੇ ਗ੍ਰੇ ایریاز ਹੁੰਦੇ ਜੇ ਸਾਹਮਣੇ ਬੈਠ ਕੇ ਇਹਦਾ ਇਸ ਤਰ੍ਹਾਂ ਆ ਇਹਦੇ ਪੱਖ 'ਚ ਹੀ ਇਸ ਮਸਲੇ ਦੇ ਅਗਰ ਪੰਜਾਬ ਨੂੰ ਅਮਨ ਸ਼ਾਂਤੀ ਨੂੰ ਨਿਗਾਹ 'ਚ ਰੱਖ ਕੇ ਕਰਨਾ ਹੈ ਲੌਂਗ ਟਰਮ ਰੱਖਣਾ ਹੈ ਸ਼ਾਰਟ ਟਰਮ ਡਿਊਰੇਸ਼ਨ ਰੱਖਣੀ ਹੈ ਬਹੁਤ ਸਾਰੇ ਐਂਗਲਸ ਦੇਖਣੇ ਪੈਂਦੇ ਆ ਕੋਈ ਜੁਆਕਾਂ ਦਾ ਖੇਡ ਨਹੀਂ ਇਸ ਕਰਕੇ ਪਰ ਅੱਜ ਜੋ ਪੰਜਾਬ 'ਚ ਅੰਦਰ ਹੋ ਰਿਹਾ ਹੈ ਨਾ ਸਾਲ ਉਹਦੇ ਤੇ ਮੈਂ ਸਮਝਦਾ ਵੀ ਸਾਰਾ ਪੰਜਾਬ ਚਿੰਤਤ ਹੈ ਅਗਰ ਕੋਈ ਚਿੰਤਤ ਨਹੀਂ ਤਾਂ ਭਗਵੰਤ ਮਾਨ ਜੀ ਹੈ ਉਹ ਠਾਠਾ ਮਾਰਦੇ ਫਿਰਦੇ ਆ। ਕੱਲ ਫੇਰ ਉਹਨਾਂ ਨੇ ਆ ਜਾਣਾ ਕੇਜਰੀਵਾਲ ਸਾਹਿਬ ਨੇ ਇਹ ਕੀ ਪਤਾ ਨਹੀਂ ਕਿ ਕਿਹੜੇ 10 ਬੈੱਡ ਦਾ ਹਸਪੀਟਲ ਖੋਲਣ ਲੱਗੇ ਆ ਕਿ ਕਿਹੜਾ ਬੱਸ ਸਟੈਂਡ ਖੋਲਣਗੇ। ਕਮਾਲ ਹੋ ਗਈ ਤੇ ਜਮ੍ਹਾਂ ਹੀ ਗੁੱਡੇ ਟੇਕ ਤੇ ਪੰਜਾਬੀ ਹੋ ਕੇ ਕਹਿੰਦੇ ਪੰਜਾਬੀ ਤਾਂ ਕੰਦਾ ਤੋੜਦੇ ਫਿਰਦੇ ਆ ਤੇ ਉੱਥੇ ਬਹਿ ਕੇ ਜਾ ਕੇ ਕੇਜਰੀਵਾਲ ਸਾਹਿਬ ਦੇ ਗੁੱਡੇ ਟੱਕੀ ਬੈਠੇ ਵੀ ਉਦਘਾਟਨ ਕਰਾਣਾ ਹੈ 5 ਬੈੱਡ ਦਾ ਤਾਂ ਵੀ ਕੇਜਰੀਵਾਲ ਸਾਹਿਬ ਆ ਰਹੇ। ਕਿਉਂਕਿ ਤੁਸੀਂ ਪੰਜਾਬ ਦੇ ਹਾਲਾਤਾਂ ਤੇ ਚਰਚਾ ਕੀਤੀ ਹਾਲਾਤ ਕਿਸਾਨੀ ਦੇ ਆਲੇ-ਦੁਆਲੇ ਬਹੁਤ ਘਮਰੇ ਆ। ਤੋਂ ਲੱਗਦਾ ਗੱਲਬਾਤ ਦਾ ਜਿਹੜਾ ਸਿਲਸਿਲਾ ਟੁੱਟਿਆ ਉਹ ਤੁਸੀਂ ਸ਼ੁਰੂ ਕਰਵਾ ਸਕਦੇ ਹੋ ਕਿ ਤੁਸੀਂ ਸੈਂਟਰ ਨਾਲ ਗੱਲ ਕਰੋ ਕਿਉਂਕਿ ਸੈਂਟਰ ਕਹਿ ਰਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਕਿਸਾਨ ਕਹਿ ਰਹੇ ਅਸੀਂ ਗੱਲਬਾਤ ਲਈ ਤਿਆਰ ਹਾਂ ਲੇਕਿਨ ਗੱਲਬਾਤ ਹੋ ਨਹੀਂ ਰਹੀ ਕਿਉਂਕਿ ਕੋਡ ਆਫ ਕੰਡਕਟ ਲੱਗ ਜਾਣਾ ਹੈ ਕਈ ਲੋਕ ਜ਼ਖਮੀ ਹੋ ਗਏ ਕੁਝ ਕਿਸਾਨਾਂ ਦੀ ਮੌਤ ਹੋ ਗਈ ਤਾਂ ਗੱਲਬਾਤ ਦਾ ਜਿਹੜਾ ਡਾਇਲੋਗ ਵਾਲੀ ਸਥਿਤੀ ਉਹ ਕਿਵੇਂ ਟੁੱਟੇਗੀ ਔਰ ਉਸ ਵੇਲੇ ਜਦੋਂ ਹਰਿਆਣਾ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ ਅੰਕਲ ਜੀ ਪਹਿਲੀ ਗੱਲ ਤਾਂ ਸੁਨੀਲ ਜਾਖੜ ਨੂੰ ਕੋਈ ਵਹਿਮ ਨਹੀਂ ਵੀ ਸੁਨੀਲ ਜਾਖੜ ਕਿਸਾਨਾਂ ਦਾ ਲੀਡਰ ਹੈ ਕਿਸਾਨ ਜ਼ਰੂਰ ਹੈ ਪਰ ਜਿਹੜੀ ਹੁਣੇ ਮੈਂ ਕਹਿ ਗਿਆ ਟਾਈਮ ਵੀ ਕਈ ਲੀਡਰ ਤੁਸੀਂ ਪੁੱਛਿਆ ਕਿਸਾਨਾਂ ਦੇ ਲੀਡਰ ਹੈ ਯਾ ਰਾਜਨੀਤਿਕ ਲੀਡਰ ਹੈ ਲੀਡਰ ਦਾ ਲੀਡਰ ਹੀ ਹੁੰਦਾ ਸਭ ਲੀਡਰ ਦੇ ਵਿੱਚੋਂ ਜਾਂਦੀ ਨਹੀਂ ਬੂ ਮੈਂ ਕੋਈ ਲੀਡਰ ਨਹੀਂ ਮੈਂ ਕਿਸਾਨ ਜ਼ਰੂਰ ਆ ਕਿਸਾਨ ਦੇ ਪੱਖ ਦੀ ਗੱਲ ਜਿਹੜੀ ਐ ਮੈਂ ਇਸ ਤਰ੍ਹਾਂ 1 ਮਿੰਟ ਚ ਨਹੀਂ ਨਿਬੜਨੀ ਖੁੱਲ ਕੇ ਗੱਲ ਕਰੂੰਗਾ ਹੋ ਸਕਦਾ ਕੱਲ ਪਰਸੋਂ ਬੈਠ ਕੇ ਪੂਰੀ ਠੋਕ ਕੇ ਗੱਲ ਕਰਾਂਗੇ ਜਿਹੜਾ ਮੈਂ ਸਮਝਦਾ ਮੈਂ ਸਮਝਦਾ ਕਿ ਕਿਸਾਨ ਦਾ ਜਿਹੜਾ ਪੱਖ ਹੈ ਉਹਨੂੰ ਸਹੀ ਤਰੀਕੇ ਨਾਲ ਰੱਖਿਆ ਜਾਵੇ ਤੇ ਮਸਲਾ ਇਹਨੂੰ ਹੱਲ ਕਰਵਾਉਣਾ ਚਾਹੀਦਾ ਉਹਨੂੰ ਖੁੱਦੋ ਨਾ ਬਣਾਓ ਜਿਵੇਂ ਪੰਜਾਬੀ ਚ ਕਹਿੰਦੇ ਨਾ ਕਿਸਾਨ ਨੂੰ ਖੁੱਦੋ ਬਣਾ ਇਹਨਾਂ ਨੇ ਇਹਨਾਂ ਦੀਆਂ ਰੋਟੀਆਂ ਸੇਕੀ ਜਾਂਦੇ ਆ ਕਦੇ ਭਗਵੰਦ ਮਾਨ ਜੀ ਫੋਟੋ ਕਰਾ ਲੈਂਦੇ ਵੀ ਮੈਂ ਵਕੀਲ ਬਣਿਆ ਕਦੇ ਕੋਈ ਮੇਰੇ ਵਰਗਾ ਮਾਤੜ ਜਾ ਕੇ ਉੱਥੇ ਬੈਠ ਕੇ ਕਿਸਾਨੀ ਦਾ ਦਾਵਾ ਠੋਕ ਦਿੰਦਾ ਮੇਰੇ ਕੋਲ ਕੋਈ ਦਾਵਾ ਨਹੀਂ ਸਾਹਿਬ ਮੇਰੇ ਕੋਲ ਤਾਂ ਆਪਣੀ رائے ਹੈ ਕਿਸੇ ਨੂੰ ਠੀਕ ਲੱਗੇ ਮੰਨ ਲੂਗਾ ਕਿਸੇ ਨੂੰ ਨਹੀਂ ਲੱਗੇਗਾ ਪਰ ਮੇਰੀ ਬੇਨਤੀ ਹੈ ਵੀ ਮੁੰਡੇ ਪੰਜਾਬ ਦੇ ਮਰੀ ਜਾਂਦੇ ਆ ਮੁੰਡੇ ਕਿਸਾਨਾਂ ਦੇ ਮਰੀ ਜਾਂਦੇ ਆ ਸਭ ਕਿਸੇ ਹੋਰ ਦੇ ਨਹੀਂ ਮਰਦੇ ਇਹਨਾਂ ਦੇ ਲੀਡਰਾਂ ਦਾ ਤਾਂ ਮੈਂ ਨਹੀਂ ਦੇਖਿਆ ਕਿਸੇ ਦਾ ਉੱਥੇ ਜਾ ਕੇ ਉੱਥੇ ਜਾ ਕੇ ਪੱਥਰ ਸਿੱਟਦਾ ਹੋਵੇ ਕਹਿੰਦਾ ਆ ਖੜੇ ਜਾ ਕੇ ਉੱਥੇ ਭੰਗੜੇ ਪਾਵੇ ਤੇ ਉੱਥੋਂ ਸਾਹਮਣੇ ਗੋਲੀਆਂ ਚ ਲੀਡਰ ਕਿਸਾਨ ਲੀਡਰ ਹਾਂਜੀ ਕੋਈ ਵੀ ਲੀਡਰ ਸਭ ਕਿਸੇ ਲੀਡਰ ਦਾ ਜਿਹੜਾ ਇਹ ਬੋਲੀ ਜਾਂਦੇ ਅੱਜ ਸਾਰੇ ਬਣੇ ਬੈਠੇ ਆ ਅੱਜ ਸਾਰੇ ਖੈਰ ਖਵਾ ਬਣੇ ਬੈਠੇ ਕਿਸਾਨਾਂ ਦੇ ਸੋ ਇਹਨਾਂ ਗੱਲਾਂ ਤੇ ਖੁੱਲਕੇ ਗੱਲ ਲਾਉਂਗੀ ਪੰਕਜ ਜੀ ਪਰ ਪੰਜਾਬ ਤੇ ਜਿੱਥੇ ਕਿਸਾਨ ਮਰ ਰਿਹਾ ਸੇਫ ਤਾਂ ਕੋਈ ਵੀ ਨਹੀਂ ਅੱਜ ਮੈਂ ਦੇਖ ਰਿਆ ਸੀਗਾ ਤੁਹਾਡੇ ਚੈਨਲ ਤੇ ਬੜੀ ਪ੍ਰਮੁੱਖ ਸਾ ਨਾਲ ਮੈਂ ਸਵੇਰ ਤੋਂ ਦੇਖ ਰਿਆ ਸੀਗਾ ਇੱਥੇ ਆਣ ਤੋਂ ਪਹਿਲਾਂ ਚੰਨੀ ਜੀ ਦੇ ਬਿਆਨ ਆ ਰਹੇ ਮੁੱਖ ਫਾਰਮਰ ਚ 2 ਕਰੋੜ ਰੁਪਏ ਮੰਗਿਆ ਮੇਰੇ ਤੋਂ ਮਕਜੀ ਮੈਂ ਫੇਰ ওই ਗੱਲ ਕਰ ਟੋਟੇ ਤੋਂ ਪਹਿਲਾਂ ਮੈਂ ਗੱਲ ਕਰੀ ਜਾਂਦਾ ਸੀਗਾ ਕਹਿੰਦਾ ਤੂੰ ਰੋਨੀਆ ਕਾਲੇ ਚੰਮ ਨੂੰ ਇੱਥੇ ਰੁੜ ਕੇ ਕਲੰਗੀਆਂ ਨੇ ਚੰਨੀ ਸਾਹ ਦੇ ਤਾਂ ਫਰਕ ਪੈਂਦਾ ਨਹੀਂ ਵੱਡੇ ਬੰਦੇ ਹਸਾਬ ਉਹਨਾਂ ਦੇ ਤਾਂ ਪਾਂਜਿਆਂ ਦੇ ਘਰੇ ਬੈੱਡ ਤੇ ਹਟਾ 10-10 ਕਰੋੜ ਰੁਪਏ ਮਿਲ ਗਏ ਸ਼ਾਇਦ ਕਿਸੇ ਨੇ ਪੁਰਾਣੀ ਕਲਿੱਪ ਕੱਢ ਕੇ ਦੇਖ ਲਈ ਹੋਣੀ ਐ ਨਹੀਂ ਪਤਾ ਵੀ ਈਡੀ ਚੱਕ ਕੇ ਲੈ ਗਈ ਪੈਸੇ ਤਾਂ ਪਰ ਉਹਨਾਂ ਨੇ ਕਿਸੇ ਨੇ ਕਿਤੇ ਉਹ ਦੇਖ ਲਿਆ ਵੀ ਆਹਦਾ ਬਹੁਤ ਸਰਮਾਇਦਾਰ ਹੈ 10-10 ਕਰੋੜ ਰੁਪਏ ਇੱਟਾਂ ਹੀ ਸਿੱਟ ਰੱਖੇ ਤੇ ਉਹਨਾਂ ਨੇ ਐਸਐਮਐਸ ਬਾਤ ਆ ਵੀ ਲਿਆ 2 ਕਰੋੜ ਰੁਪਏ ਉਹ ਦੇ ਵੀ ਦੇਣਗੇ ਇਹਨੀਆਂ ਸਭ ਕੋਈ ਆਦਤ ਨਹੀਂ ਇੰਨਾ ਪੈਸਾ ਹੈ ਉਹਨਾਂ ਕੋਲ سرمਾਇਆ ਬਹੁਤ ਹੈ ਪਰ ਜਿਹੜਾ ਛੋਟੀ ਦੁਕਾਨਦਾਰ ਬੈਠਾ ਹੈ ਸਾਬ ਛੋਟੇ ਕਸਬੇ 'ਚ ਬੈਠਾ ਹੈ ਜਿਹੜਾ ਹੁਣ ਤਾਂ ਪਿੰਡਾਂ ਸਰਪੰਚਾਂ ਨੂੰ ਆਉਣ ਲੱਗੇ ਟੈਲੀਫੋਨ 5 ਲੱਖ ਰੁਪਏ ਭੇਜਦੀ ਮੈਂ ਫਲਾਣੇ ਦਾ ਬੋਲ ਰਿਹਾ ਏਜੰਟ ਜਿਹੜਾ ਅੰਦਰ ਬੈਠਾ ਹੈ ਗੈਂਗਸਟਰ ਨਹੀਂ ਤਾਂ ਸਾਨੂੰ ਪਤਾ ਹੈ ਤੇਰੇ ਜਵਾਕ ਕਿਹੜੇ ਸਕੂਲ 'ਚ ਪੜ੍ਹਦੇ ਸੋਧ ਦੇਾਂਗੇ ਆ ਕੋਈ ਗੱਲ ਹੈ ਸਾਬ ਹ ਇਹਦੇ ਵਿੱਚ ਕਹਿੰਦੇ ਇੰਡਸਟਰੀ ਆਊਗੀ ਕਿਹੜਾ ਇੰਡਸਟਰੀ ਹੈ ਤੁਸੀਂ ਪੰਕਜ ਜੀ ਆਪ ਦੱਸ ਦਿਓ ਤੁਸੀਂ ਜੇ ਇੰਡਸਟ੍ਰੀਲਿਸਟੋਂ ਪੰਜਾਬ 'ਚ ਆ ਕੇ ਪੈਸਾ ਕੋ ਇਨਵੈਸਟ ਕਰੋਗੇ ਸਾਹਿਬ ਜਿੱਥੇ ਇਸ ਤਰ੍ਹਾਂ ਫੋਨ ਆ ਰਹੇ ਲਗਾਤਾਰ ਆ ਰਹੇ ਚੀਫ ਮਿਨਿਸਟਰ ਨੂੰ ਆ ਕੇ ਫਾਰਮਰ ਚੀਫ ਮਿਨਿਸਟਰ ਨੂੰ ਸਵੇਰੇ ਕਿਤੇ ਪਤਾ ਲੱਗੇ ਭਗਵੰਤ ਮਾਨ ਜੀ ਦੇ ਕੋ ਮੈਸੇਜ ਛੱਡੀ ਬੈਠਾ ਹੋਵੇ ਫਿਰ ਕੀ ਕਰਨਗੇ ਠੀਕ ਹੈ ਧੰਨਵਾਦ ਤਾਂ ਬੀਜੇਪੀ ਕੋਰ ਕਮੇਟੀ ਦੀ ਬੈਠਕ ਪੰਜਾਬ ਦੀ ਹੋਈ ਪੰਜਾਬ ਦੇ ਮਸਲਿਆਂ ਤੇ ਗੱਲਬਾਤ ਹੋਈ ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਕੋ ਇਨੀਸ਼ੀਏਟਿਵ ਚੰਡੀਗੜ੍ਹ